ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਚੁੜੈਚ। ਹਰ ਤਰ੍ਹਾਂ ਦੀ ਤਰ੍ਹਾਂ, ਹਰ ਵਾਰ ਦੀ ਤਰ੍ਹਾਂ ਤੁਸੀਂ ਮੈਨੂੰ ਦੇਖ ਰਹੇ ਹੋ ਰੋਲਿੰਗ ਫਰੇਮਸ ਇੰਟਰਟੇਨਮੈਂਟ ਚੈਨਲ 'ਤੇ। ਸਭ ਤੋਂ ਪਹਿਲਾਂ ਇਸ ਨੂੰ ਸਬਸਕ੍ਰਾਈਬ ਕਰੋ, ਫਿਰ ਤੁਹਾਨੂੰ ਸੁਣਾਵਾਂਗੇ ਸੋਹਣੀ ਜੀ ਕਵਿਤਾ। ਦੋਸਤੋ, ਇਹ ਕਵਿਤਾ ਹੈ ਰਜ਼ਾ। ਤੁਹਾਨੂੰ ਪਤਾ ਹੀ, ਅੱਜ ਕੱਲ੍ਹ ਕੋਈ ਵੀ ਇਨਸਾਨ ਉਸ ਮਾਲਕ ਦੀ ਰਜ਼ਾ ਨਾਲ ਰਜ਼ਾ ਰੱਖਦਾ ਹੀ ਨਹੀਂ। ਹਰੇਕ ਨੂੰ ਆਪਣੇ ਮਨ ਦੀ ਪਈ, ਆਪਣੇ ਤਨ ਦੀ ਪਈ ਹੈ, ਉਸ ਨਾਲ ਨਾਰਾਜ਼ ਹੈ, ਗੁੱਸੇ ਹੈ। ਪਰ ਇਹ ਕਵਿਤਾ ਕੀ ਕਹਿੰਦੀ ਹੈ, ਆ ਜਾਓ। ਕਵਿਤਾ ਦਾ ਨਾਮ ਹੈ ਰਜ਼ਾ। ਉਸਦੀ ਰਜ਼ਾ ਹੈ, ਤੂੰ ਰਾਜ਼ੀ ਰਹਿ ਸੱਜਣਾ, ਬਸ ਡੋਲਣਾ, ਕੁਝ ਬੋਲਣਾ, ਉਹੀ ਸੁਣੇਗਾ ਆਪੇ, ਮੁੱਖ ਚਾਹੇ ਖੋਲਣਾ। ਤੂੰ ਰਾਜ਼ੀ ਰਹਿ ਸੱਜਣਾ, ਬਸ ਡੋਲਣਾ, ਕੁਝ ਬੋਲਣਾ, ਤੇਰੇ ਅੰਦਰ ਕਿਤੇ ਹੈ ਵੱਸਿਆ, ਤੂੰ ਆਖੇ ਉਹ ਕੋਲਣਾ। ਤੇਰੇ ਅੰਦਰ ਹੈ ਕਿਤੇ ਵੱਸਿਆ, ਤੂੰ ਆਖੇ ਉਹ ਕੋਲਣਾ, ਤੇਰਾ ਅੰਦਰ ਉਸਦਾ ਘਰ ਹੈ, ਤੂੰ ਜੰਗਲ ਵੇਲੇ ਫਰੋਲਣਾ। ਤੂੰ ਰਾਜ਼ੀ ਰਹਿ ਸੱਜਣਾ, ਬਸ ਡੋਲਣਾ, ਕੁਝ ਬੋਲਣਾ, ਤੇਰੇ ਅੰਤ ਦਾ ਅੰਤ ਵੀ ਹੋਵੇਗਾ, ਜਿੰਦ ਕਬਰਾਂ 'ਚ ਐਵੇਂ ਰੋਲਣਾ। ਤੂੰ ਰਾਜ਼ੀ ਰਹਿ ਸੱਜਣਾ, ਬਸ ਡੋਲਣਾ, ਕੁਝ ਬੋਲਣਾ। ਸੋ ਦੋਸਤੋ, ਸਾਨੂੰ ਸਾਰੇ ਝਮੇਲੇ ਛੱਡ ਕੇ, ਉਸ 'ਤੇ ਨਾਰਾਜ਼ਗੀਆਂ, ਉਸ ਨਾਲ ਗੁੱਸੇ ਹੋਣ ਤੋਂ ਇਲਾਵਾ ਛੱਡ ਕੇ, ਉਸਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਚਾਹੀਦਾ ਹੈ। ਕਿਉਂਕਿ ਕੁਦਰਤ ਬਲਿਹਾਰ ਜੋ ਵੀ ਕਰਦੀ ਹੈ ਸਾਡੇ ਭਲੇ ਲਈ ਕਰਦੀ ਹੈ, ਸਾਨੂੰ ਉਹਦਾ ਧੰਨਵਾਦ ਕਰਨਾ ਚਾਹੀਦਾ ਹੈ। ਸੋ ਆਈ ਹੋਪ, ਉਮੀਦ ਕਰਦਾ ਤੁਹਾਨੂੰ ਇਹ ਕਵਿਤਾ ਸੋਹਣੀ ਲੱਗੀ ਹੋਏਗੀ। ਸੋ ਤੁਸੀਂ ਹੋਰ ਅੱਗੇ ਆਉਣ ਵਾਲੀਆਂ ਕਵਿਤਾਵਾਂ ਨੂੰ ਦੇਖਣ ਲਈ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਰੋਲਿੰਗ ਫਰੇਮਸ ਇੰਟਰਟੇਨਮੈਂਟ। ਸਤਿ ਸ਼੍ਰੀ ਅਕਾਲ।